ਅਸੀਂ ਪਹੁੰਚ ਚੁੱਕੇ ਹਾਂ ਰਿਵਰ ਰਾਵੀ ਦੇ ਉੱਤੇ। ਦੇਖਿਆ ਤੇ ਆ ਰਾਵੀ ਆਪਾਂ ਪਹਿਲੀ ਵਾਰ ਦੇਖ ਰਹੇ ਹਾਂ। ਇਹਨਾਂ ਵਾਸਤੇ ਕੋਈ ਬਾਰਡਰ ਨਹੀਂ ਜੀ, ਦੇਖ ਲਓ ਆਹ ਹੱਡੀਆਂ ਲੱਗਦੀਆਂ, ਦੇਖੋ ਕੀ ਚੀਜ਼ ਦੀਆਂ ਨਾ ਉਹ ਪਾਣੀ ਵਿੱਚ ਬੜੇ ਪਏ ਉਹ ਦੇਖੋ। ਹੈਲੋ ਦੋਸਤੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਮੈਂ ਹਾਂ ਸਰਬਜੀਤ ਸਿੰਘ ਤੇ ਮੈਂ ਹਾਂ ਸਰਬਜੀਤ ਕੌਰ, ਤੁਹਾਡਾ ਸਾਡੇ ਚੈਨਲ ਪੰਜਾਬ ਦਾ ਯੂਟਿਊਬਰ ਦੇ ਵਿੱਚ ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਦੋਸਤੋ, ਸਾਡਾ ਪੰਜਾਬ ਦੀ ਸੀਰੀਜ਼ ਦੇ ਵਿੱਚ ਡੇਰਾ ਬਾਬਾ ਨਾਨਕ ਅਸੀਂ ਆਏ ਹੋਏ ਹਾਂ। ਡੇਰਾ ਬਾਬਾ ਨਾਨਕ ਦੇ ਵਲੌਗ ਸਾਡੇ ਆ ਰਹੇ ਹੈਗੇ ਆ ਤੇ ਅੱਜ ਆਪਾਂ ਉਸੇ ਸੀਰੀਜ਼ ਨੂੰ ਅੱਗੇ ਤੁਰਦੇ ਹੋਏ ਅੱਜ ਆਪਾਂ ਆਏ ਆ ਰਾਵੀ ਰਿਵਰ ਦੇਖਣ ਵਾਸਤੇ, ਰਾਵੀ ਦਰਿਆ ਦੇਖਣ ਵਾਸਤੇ। ਇਹ ਕਿੱਥੇ ਲੋਕੇਟਡ ਹੈਗਾ ਤੁਹਾਨੂੰ ਆਪਾਂ ਦੱਸ ਦਈਏ, ਤੁਸੀਂ ਪਿੱਛੇ ਦੇਖ ਰਹੇ ਹੈਗੇ ਹੋ ਘੋਨੇ ਵਾਲਾ ਗੇਟ। ਇਸ ਟਾਈਮ ਆਪਾਂ ਚੰਗੀ ਚੌਂਕ ਤੇ ਖੜੇ ਆ, ਚੰਗੀ ਚੌਂਕ ਤੋਂ ਰਾਈਟ ਹੈਂਡ ਰਸਤਾ ਜਾਂਦਾ ਹੈ ਘੋਨੇ ਵਾਲਾ ਪਿੰਡ ਨੂੰ। ਘੋਨੇ ਵਾਲਾ ਪਿੰਡ ਦੇ ਵਿੱਚ ਜਾ ਕੇ ਇਹ ਰਾਵੀ ਦੇ ਉੱਤੇ ਬਣਿਆ ਹੋਇਆ ਪੁੱਲ ਬਣਿਆ ਹੋਇਆ, ਉੱਥੇ ਆਪਾਂ ਜਾ ਕੇ ਰਾਵੀ ਰਿਵਰ ਦੇਖਾਂਗੇ, ਰਾਵੀ ਦਰਿਆ ਦੇਖਾਂਗੇ ਜਿਹੜਾ ਪਾਕਿਸਤਾਨ ਤੋਂ ਹੋ ਕੇ ਆਉਂਦਾ। ਨਾਲ ਨਾਲ ਤੁਹਾਨੂੰ ਵੀ ਅਸੀਂ ਦਿਖਾਵਾਂਗੇ ਤੇ ਰਸਤੇ ਦੇ ਵਿੱਚ ਜਿਹੜੀ ਵੀ ਲੋਕੇਸ਼ਨ ਆਊਗੀ, ਜਿੱਦਾਂ ਜਿੱਦਾਂ ਰਸਤਾ ਆਊਗਾ ਤੁਹਾਨੂੰ ਆਪਾਂ ਰੂਟ ਦਿਖਾਉਂਦੇ ਜਾਵਾਂਗੇ। ਇਸ ਟਾਈਮ ਆਪਾਂ ਬਿਲਕੁਲ ਤਿਆਰ ਖੜੇ ਹਾਂ ਅੱਗੇ ਜਾਣ ਨੂੰ ਹੈਗੇ ਆ ਤੇ ਆਪਾਂ ਕਰਦੇ ਹਾਂ ਵੀਡੀਓ ਸਟਾਰਟ ਤੇ ਚੱਲਦੇ ਹਾਂ ਹੁਣ ਅੱਗੇ। ਹਾਂਜੀ ਦੋਸਤੋ, ਆਹ ਦੇਖ ਲਓ ਆਹ ਗੇਟ ਹੈਗਾ, ਆਹ ਰਸਤੇ ਆਪਾਂ ਜਾਵਾਂਗੇ। ਘੋਨੇ ਵਾਲਾ ਗੇਟ ਤੁਸੀਂ ਦੇਖ ਸਕਦੇ ਹੋ, ਸਾਹਮਣੇ ਪੜ੍ਹ ਵੀ ਸਕਦੇ ਹੋ। ਇਹੀ ਰਸਤਾ ਹੈਗਾ ਜਿਹੜਾ ਰਾਵੀ ਦਰਿਆ ਦੇ ਉੱਤੇ ਜਿਹੜਾ ਪੁੱਲ ਬਣਿਆ ਹੋਇਆ ਉੱਥੇ ਜਾਂਦਾ ਰਾਵੀ ਦਰਿਆ ਦੇਖਣ ਵਾਸਤੇ। ਹਾਂਜੀ ਦੋਸਤੋ, ਫਾਈਨਲੀ ਆਪਾਂ ਪਿੰਡ ਘੋਨੇ ਵਾਲ ਪਹੁੰਚ ਚੁੱਕੇ ਹਾਂ। ਉਹ ਬੋਰਡ ਲੱਗਾ ਹੋਇਆ ਕਾਲੇ ਰੰਗ ਦਾ ਤੇ ਇੱਥੇ ਜਿਹੜਾ ਚਰਸਤਾ ਪੈਂਦਾ ਆਪਾਂ ਨੂੰ, ਚਰਸਤਾ ਜਦੋਂ ਪਿੱਛੋਂ ਆਉਂਦੇ ਨਾ ਘੋਨੇ ਵਾਲ ਰੋਡ ਤੋਂ ਗੇਟ ਤੋਂ, ਇੱਥੇ ਬਿਲਕੁਲ ਚਰਸਤਾ ਪੈਂਦਾ ਤੁਸੀਂ ਦੇਖ ਸਕਦੇ। ਇੱਕ ਰੋਡ ਇੱਧਰ ਨੂੰ ਚਲੇ ਜਾਂਦਾ ਤੇ ਇੱਕ ਰੋਡ ਹੈਗਾ ਜਿੱਧਰੋਂ ਆਪਾਂ ਜਾਂਦੇ ਹਾਂ ਸੱਜੇ ਹੱਥ, ਮਤਲਬ ਕਿ ਮੇਰੇ ਇੱਧਰੋਂ ਆਪਾਂ ਮੂੰਹ ਹੋਊਗਾ ਤੇ ਮੇਰੇ ਸੱਜੇ ਹੱਥ ਆਹ ਜਿਹੜਾ ਰੋਡ ਸੱਜੇ ਹੱਥ ਮੁੜਦਾ ਹੈਗਾ, ਆਪਾਂ ਇੱਧਰ ਨੂੰ ਮੁੜ ਜਾਣਾ। ਹਾਂਜੀ ਦੋਸਤੋ, ਜਦੋਂ ਆਪਾਂ ਘੋਨੇ ਵਾਲ ਤੋਂ ਗੇਟ ਤੋਂ ਅੱਗੇ ਆਉਂਦੇ ਹਾਂ ਤਾਂ ਪਿੱਛੋਂ ਆਪਾਂ ਤੁਹਾਨੂੰ ਦਿਖਾ ਦਈਏ, ਮੈਂ ਆਪਾਂ ਇਧਰੋਂ ਆਏ ਆ, ਪਿੱਛੋਂ ਆਪਾਂ ਰਾਈਟ ਹੈਂਡ ਮੁੜ ਗਏ ਆ। ਪਿੱਛੋਂ ਜਿਹੜਾ ਇੱਕ ਰਸਤਾ ਚਰਸਤਾ ਹੋਰ ਆਉਂਦਾ ਉਹ ਵੀ ਤੁਹਾਨੂੰ ਦਿਖਾ ਦਿੱਤਾ ਹੋਇਆ, ਉੱਥੋਂ ਆਪਾਂ ਰਾਈਟ ਹੈਂਡ ਆਉਣਾ, ਆਹ ਰੋਡ ਨਹੀਂ ਛੱਡਣਾ ਹੈਗਾ ਆਪਾਂ ਇੱਥੋਂ। ਆ ਜਿੱਧਰੋਂ ਜਿਪਸੀ ਮੁੜੀ ਹੈ ਨਾ ਆਪਾਂ ਇੱਧਰ ਨੂੰ ਮੁੜ ਜਾਣਾ, ਇੱਧਰੋਂ ਲੈਫਟ ਹੈਂਡ ਨੂੰ ਜਦੋਂ ਆਪਾਂ ਪੁੱਲ ਦੇਖਣ ਜਾਣਾ ਰਾਵੀ ਵਾਲਾ, ਇੱਥੋਂ ਲੈਫਟ ਹੈਂਡ ਹੋ ਜਾਣਾ, ਸਿੱਧੇ ਨਹੀਂ ਜਾਣਾ ਹੈਗਾ। ਹਾਂਜੀ ਤੁਸੀਂ ਦੇਖ ਸਕਦੇ ਹੋ, ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਰਿਵਰ ਰਾਵੀ ਦੇ ਉੱਤੇ। ਬੋਰਡ ਮੇਰੇ ਪਿੱਛੇ ਲੱਗਾ ਹੈ, ਤੁਹਾਨੂੰ ਦਿਖ ਰਿਹਾ ਹੋਣਾ ਵੀਡੀਓ ਦੇ ਵਿੱਚ, ਤੇ ਇੱਥੋਂ ਪੁੱਲ ਸਟਾਰਟ ਹੁੰਦਾ ਹੈਗਾ। ਆ ਵੇਖੋ ਤੁਸੀਂ ਦੇਖ ਸਕਦੇ ਹੋ ਪਿੱਛੇ ਪੁੱਲ ਹੈਗਾ ਜਿਹੜਾ ਨਵਾਂ ਬਣਿਆ ਹੈਗਾ ਘੋਨੇਵਾਲ ਪਿੰਡ ਦੇ ਵਿੱਚ। ਤੁਹਾਨੂੰ ਆਪਾਂ ਰਸਤੇ 'ਚ ਵੀ ਤੁਹਾਨੂੰ ਗੇਟ ਵੀ ਦਿਖਾ ਦਿੱਤਾ ਜਿੱਥੋਂ ਐਂਟਰੀ ਕਰਦੇ ਹਾਂ ਆਪਾਂ ਘੋਨੇਵਾਲ ਪਿੰਡ ਨੂੰ ਰੋਡ ਦੇ ਉੱਤੋਂ ਦੀ, ਤੇ ਅਸੀਂ ਹੁਣ ਚੱਲਦੇ ਹਾਂ ਅੱਗੇ ਤੇ ਤੁਹਾਨੂੰ ਦਿਖਾਉਂਦੇ ਹਾਂ ਰਾਵੀ ਰਿਵਰ। ਤੁਹਾਨੂੰ ਆਪਾਂ ਬਿਲਕੁਲ ਪਾਣੀ ਦੇ ਕੋਲ ਜਾ ਕੇ ਦਿਖਾਵਾਂਗੇ ਤੁਹਾਨੂੰ ਜਿਹੜਾ ਰਾਵੀ ਦਰਿਆ ਹੈਗਾ ਪਾਕਿਸਤਾਨ ਦੇ ਵਿੱਚੋਂ ਦੇ ਨਿਕਲ ਕੇ ਆਉਂਦਾ। ਪਹਿਲਾਂ ਤੁਹਾਨੂੰ ਇੱਕ ਵਾਰੀ ਆਪਾਂ ਪੁੱਲ ਦੇ ਉੱਤੋਂ ਦੀ ਦਿਖਾ ਦਈਏ। ਆ ਪੁੱਲ ਦੇਖੋ ਨਵਾਂ ਬਣਿਆ ਹੈਗਾ, ਬਹੁਤ ਸੋਹਣਾ ਵਿਊ ਆਉਂਦਾ ਵੇ ਪੁੱਲ ਦੇ ਉੱਤੋਂ ਦੀ। ਫਿਰ ਆਪਾਂ ਥੱਲੇ ਜਾਵਾਂਗੇ, ਆ ਰਾਵੀ ਦਰਿਆ ਦੇ ਉੱਤੇ ਬਣਿਆ ਹੋਇਆ ਪੁੱਲ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ। ਤੇ ਦੋਸਤੋ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਹੁਣ ਜਿਹੜੀ ਕਿੱਧਰੋਂ ਆਉਂਦੀ ਰਾਵੀ, ਆਪਾਂ ਲਾਗੇ ਜਾ ਕੇ ਬਿਲਕੁਲ ਲਾਗੇ ਜਾ ਕੇ ਦਿਖਾਉਂਦੇ। ਬਹੁਤ ਲੰਬਾ ਪੁੱਲ ਹੈਗਾ ਉਹ ਦੇਖੋ, ਕਾਫੀ ਲੰਬਾ ਹੈਗਾ ਪੁੱਲ। ਆਹ ਜਿਹੜੀ ਰਾਵੀ ਹੈਗੀ ਇਧਰਲੇ ਪਾਸੇ ਇੰਡੀਆ ਦੇ ਵਿੱਚ ਹੈਗੀ ਆ, ਤੇ ਇੱਧਰੋਂ ਜਿਹੜੇ ਘੁੰਮਦੇ ਘੁੰਮਦੇ ਜਾਓ ਤੁਸੀਂ ਵੇਖ ਸਕਦੇ ਹੋ ਦੂਰ ਤੱਕ। ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਮੈਂ, ਆਹ ਦੇਖੋ ਜੀ, ਆਹ ਦੇਖੋ ਆਹ ਜਿੱਦਾਂ ਵੱਲ ਖਾਂਦੀ ਆ ਰਹੀ ਹੈ ਨਾ ਇਹ, ਆਹ ਸਾਹਮਣੇ ਤੁਹਾਨੂੰ ਇੱਧਰਲੇ ਪਾਸੇ ਦਰਖਤ ਨਜ਼ਰ ਆ ਰਹੇ ਹੈਗੇ ਆ। ਇਹ ਪਾਕਿਸਤਾਨ ਦੇ ਵਿੱਚੋਂ ਘੁੰਮ ਕੇ ਆਉਂਦੀ ਹੈ, ਠੀਕ ਹੈ। ਇਹ ਇੱਦਾਂ ਜਿੱਦਾਂ ਸੱਪ ਵਲੇਵੇਂ ਖਾਂਦਾ ਨਾ, ਉੱਦਾਂ ਘੁੰਮ ਕੇ ਆਉਂਦੀ ਪਾਕਿਸਤਾਨ ਦੇ ਵਿੱਚੋਂ। ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਇਸੇ ਪਾਸੇ ਹੀ ਹੈਗਾ, ਉੱਧਰੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਿਲਕੁਲ ਲੱਗੀ ਹੁੰਦੀ ਹੈ ਰਾਵੀ ਲੰਘ ਕੇ ਆਉਂਦੀ ਆ, ਤੁਸੀਂ ਦੇਖ ਰਹੇ ਹੋ ਜਿਹੜੀ। ਆਹ ਦੇਖੋ ਕਿੰਨਾ ਸੋਹਣਾ ਪਾਣੀ ਹੈਗਾ, ਸਾਫ਼ ਹੈ ਪਾਣੀ ਉੱਦਾਂ ਦੀ। ਬਿਆਸ ਦਰਿਆ ਦਰਿਆ ਦੇਖਿਆ, ਸਤਲੁਜ ਦੇਖਿਆ, ਅਤੇ ਆਹ ਰਾਵੀ ਆਪਾਂ ਪਹਿਲੀ ਵਾਰ ਦੇਖ ਰਹੇ ਹਾਂ। ਦੇਖੋ ਜੀ ਰਾਵੀ ਦਰਿਆ ਜਿਹੜਾ ਪਾਕਿਸਤਾਨ ਦੇ ਉੱਤੋਂ ਪਾਕਿਸਤਾਨ ਦੇ ਵਿੱਚੋਂ ਦੀ ਘੁੰਮ ਕੇ ਆਉਂਦਾ ਹੈਗਾ। ਅਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਜਿਹੜਾ ਕਰਤਾਰਪੁਰ ਬਣਿਆ ਹੋਇਆ ਉਹਦੇ ਅੱਗਿਓਂ ਦੀ ਹੋ ਕੇ ਆਉਂਦੀ ਬਿਲਕੁਲ। ਆਹ ਦੇਖੋ ਜੀ ਸਾਰਾ ਵਿਊ, ਬਹੁਤ ਸੋਹਣਾ ਵਿਊ ਹੈਗਾ ਦੋਸਤੋ। ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਹੈਗਾ ਆ ਕਿੰਨਾ ਸੋਹਣਾ ਲੱਗ ਰਿਹਾ ਹੈਗਾ, ਇੰਨਾ ਸੋਹਣਾ ਨਜ਼ਾਰਾ ਹੈ ਨਾ ਇੱਥੇ, ਕੁਦਰਤ ਦਾ ਨਜ਼ਾਰਾ ਕ੍ਰਿਸ਼ਮਾ ਹੈ ਇੱਕ। ਮੈਂ ਤਾਂ ਸ਼ਬਦ ਨਹੀਂ ਹੈਗੇ ਬਿਆਨ ਕਰਨ ਵਾਸਤੇ, ਮੈਂ ਕੀ ਬੋਲਾਂ ਇਸ ਰਾਵੀ ਦੇ ਬਾਰੇ, ਇੰਨੀ ਪਿਆਰੀ ਲੱਗ ਰਹੀ ਹੈਗੀ ਆ ਤੇ ਕਿੰਨਾ ਸ਼ਾਂਤ ਮਾਹੌਲ ਹੈਗਾ ਆ ਇੱਥੇ। ਜਿਹੜੀ ਆਵਾਜਾਈ ਹੈਗੀ ਆ ਤੇ ਬਿਲਕੁਲ ਨਹੀਂ ਹੈਗੀ, ਮਤਲਬ ਕਿ ਥੋੜ੍ਹਾ ਮੋਟਾ ਜਿਹਾ ਟਰੱਕ ਵਗੈਰਾ ਕੰਮ ਚੱਲ ਰਿਹਾ ਹੈਗਾ ਦੱਸਿਆ ਤੁਹਾਨੂੰ ਪਹਿਲਾਂ, ਤੇ ਇਸ ਕਰਕੇ ਟਰੱਕ ਵਗੈਰਾ ਥੋੜ੍ਹੇ ਮੋਟੇ ਆ ਰਹੇ ਸਮਾਨ ਵਾਲੇ, ਤੇ ਹੋਰ ਇੱਕ ਤਾਂ ਬੱਸ, ਇੱਕ ਬੱਸ ਮੈਂ ਸਕੂਲ ਦੀ ਬੱਸ ਦੇਖੀ ਹੈਗੀ ਆ। ਬੇਸ਼ੱਕ ਕਹਿੰਦੇ ਹੈਗੇ ਕਿ ਆਪਾਂ ਪੰਜਾਬ ਤੇ ਪਾਕਿਸਤਾਨ ਆਪਣਾ ਅਲੱਗ ਹੈ ਤੇ ਆਪਣਾ ਭਾਰਤ ਜਿਹੜਾ ਪਾਕਿਸਤਾਨ ਅਲੱਗ ਹੈ, ਪਰ ਲੇਕਿਨ ਜਿਹੜੀਆਂ ਹੈਗੀਆਂ ਸਾਨੂੰ ਜੋੜਦੀਆਂ ਹੈਗੀਆਂ ਆ, ਸਾਨੂੰ ਕੁਦਰਤ ਜਿਹੜੀ ਹੈਗੀ ਆ ਸਾਨੂੰ ਆਪਸ ਵਿੱਚ ਜੋੜ ਰਹੀ ਹੈਗੀ ਆ। ਤੇ ਜਿਹੜੀ ਕੁਦਰਤ ਹੈਗੀ, ਕੁਦਰਤ ਜ਼ਰੀਏ ਅਸੀਂ ਜਿਹੜੇ ਹੈਗੇ ਆ ਪਾਕਿਸਤਾਨ ਸਾਡੇ ਨਾਲ, ਅਸੀਂ ਪਾਕਿਸਤਾਨ ਨਾਲ ਜੁੜ ਰਹੇ ਹੈਗੇ ਆ। ਦੇਖ ਲਓ ਜੀ ਉਹੀ ਦਰਿਆ ਜਿਹੜਾ ਪਾਣੀ ਹੈਗਾ, ਇਹਨੂੰ ਪਾਣੀ ਨੂੰ ਕੋਈ ਰੋਕ ਨਹੀਂ ਸਕਦਾ, ਕੋਈ ਕਹਿ ਦਿੰਦਾ ਕਿ ਅਸੀਂ ਬਾਹਰ ਲਾ ਦੇ ਸਕਦੇ ਹਾਂ। ਇਹਨਾਂ ਵਾਸਤੇ ਕੋਈ ਬਾਰਡਰ ਨਹੀਂ ਜੀ, ਦੇਖ ਲਓ ਇਹਨਾਂ ਵਾਸਤੇ ਕੁਦਰਤ ਵਾਸਤੇ, ਇਹਨਾਂ ਵਾਸਤੇ ਕੋਈ ਹੱਦ ਨਹੀਂ, ਕੋਈ ਬੰਨਾ ਨਹੀਂ, ਕੋਈ ਬਾਰਡਰ ਨਹੀਂ ਹੈਗਾ। ਦੇਖ ਲਓ ਆਪਣੀ ਮਰਜ਼ੀ ਨਾਲ
उस परमात्मा ने एक थां ते रख के किधर खे सी उन्हें सोचा नहीं कभी वंडी वंडियां पै जाएगियां इदा भी कभी रावी चनाव सारे अलग कितने हो जाएंगे। तो देखो की सोचा की हो गया तो की नज़ारा हैगा इतने जो मैं बयान नहीं कर सकती हैगी जो नज़ारा हैगा इतने कुदरत तो कुछ बार नहीं है। तो एक सुंदर एक हैगा ना अपने गायक है बड़े वधिया गायक है बड़े वधिया लगती उन्होंने सिंगिंग तो सरताज जी तो उन्होंने भी लिखा हुआ अपने गाने कुदरत तो कुछ पार नहीं है ना जो कुछ है कुदरत तो कुछ भी जो कुछ बंदा मर्जी करी जाए पर जे जो परमात्मा ने रब ने बनाया होया तो उन्होंने कोई भी नहीं पछता सकता है जो भी खेड हैगी रच रहा है बस देख लो जी सारा कुछ हुक्म च ही है जी आ भी हुक्म च ही वग रहा पानी हाँ देखो जी सारा कुछ हुक्म च ही बार्डर बूडर सब कुछ खत्म है जी ये अगे हुक्म अगे आ भी मैं लगता उधरों आए हैं इतों के रहने वाले हो जी। अच्छा अच्छा ये कितने तक जाता पुल रोड जरा कितने तक जाता है पाकिस्तान के बॉर्डर तक काफ़ी लंबा पुल बनाया है ये रोड फिर बॉर्डर तक जाता पाकिस्तान तक है ना लोकल ही रहने वाले जो पानी आता फिर भर जाती बिल्कुल पूरी भर जाती कोई खतरा तो नहीं होंगे इतों जिदा बरसात होनी है उपर दे अच्छा जी ठीक है दोस्तों आ दे सकते लोकल बंदे सब भाई होनी मिले हैं इन्होंने दसिया सानू कि जो बरसात होंगी है बरसात का मौसम कहते आने वाला है उदू पानी ना इतने तक आ जाता हूँ तुम देख सकते हो इतने तक आ जी छत तुम नज़र आ रही ना आ जी कहते इतने तक पानी भर जाता उदो तो मतलब कि काफ़ी ज़्यादा पानी आ जाता पर कहते सू खतरा नहीं होंगे कोई इतों तो बहुत सेफ है इधरले पासे तो आप हम इदा करते हैं आप हम जाने थले इधरों ना रस्ता पता लगा सूँ ओ सामने ना रस्ता देख रहा शायद तू रस्ता है थले जाने पानी के बच्चे तो असं जाके तू दिखाने बिल्कुल नेड़ियों की जाके तो उत्थे जाके तुहानू फिर आपां मिलदे आ हुण ठंडा के पानी कितना दा पानी आ रहा है पानी देखदे आ जाके ठंडा के गर्म है। हाँ जी हुण आपां चलदे आ थले आ पौड़ियां बनिया हुई हैं इत्थे टैंपरेरी पौड़ियां हैगियां बहुत छोटियां छोटियां हैगियां बहुत ध्यान नाल थले जाना पैंदा इत्थे देख सकते हो असीं बिल्कुल रावी के कंडे ते खड़े आ अगे आपां जा नहीं रहे क्योंकि अगे तिलकण जी हैगी डर लगता सानू जाण नू पैर तो तिलकणे जावे आ वेखो हाँ वेखो वैसे थले तुहानू नज़ारा दिखा रहे आपां पहला तुहानू उपरों दिखाया सीगा आपां पुल दे उत्तों दी और जिहड़ा पुल तुसीं देख रहे हो हुण तुसीं देख रहे हो पुल दे थले दा नज़ारा आ जिहड़े तुहानू नज़र आ रहे आ गेट जे जिदा छत्तां बणियां होईयां इहदे नाल टच हो जांदा पानी कहिंदे जदों बरसात हुंदी आ ना आ वेखो होर आपां उहदा लागे आ गए आ क्योंकि रेतला पानी हैगा वैसे भी ना लागे जाना नहीं चाहिए आ हड्डियां लगदियां देखो किस चीज़ दियां ना जिहड़े भी पुरानी गया इत्थे परमात्मा दी आत्मा नूं शांति बख्शे ठीक है पानी है ना चलो आ जाओ फिर ओ पानी च बड़े पे ओ देखो ओ मछियां फड़दे पे है जी ओ सामने तुहानू नज़र आ रहे हैगे विच ओ देखो पार लंघ रहे आ इन्हां दा रोज़ दा ही काम हुंदा वैसे अप डाउन करदे रहिंदे आ ते मछियां फड़दे पे हुण मछियां इन्हां दा एक्सपीरियंस हुंदा ना इत्थे ओही रोज़ दा ही काम हो गया ना इन्हां दा फिर हुण। हां जी दोस्तो फाइनली असीं रावी दरिया देख लिया होया आपां तुहानू भी दिखा दित्ता होया तो कितने पैंदा किहड़े पिंड च पैंदा हैगा तो किहड़े डेरा बाबा नानक दे लागे पैंदा तुहानू भी दस दित्ता होया जे तुसीं अपनी फैमिली नाल तुसीं इत्थे रावी दरिया देखण आना चाहो तो आ सकदे हो गूगल मैप ते लोकेशन लगा के आ सकदे हो अपने कन्वेंस ते आ सकदे हो बाकी दोस्तों साडे वल्लों तुहानू उही सुनेहा सारयां नूं पूरा ते जुड़ा जिहड़ा सांभ के रखो पंजाबी नाल प्यार करो घर भी बच्चों नूं पंजाबी बोलिया करो ते साडा इक संदेश जिहड़ा होर हैगा कि जिहड़ा इक दरिया होर वग रिहा हैगा पंजाब विच नशियां दा दरिया जिहड़ा वग रिहा हैगा उसनूं रोको ਜਿਹੜੇ ਕਿ ਤੁਹਾਨੂੰ ਪਤਾ ਨਤੀਜੇ ਬੜੇ ਖਤਰਨਾਕ ਨਿਕਲ ਰਹੇ ਹੈਗੇ ਆ ਅਤੇ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਨਸ਼ਿਆਂ ਵਿੱਚ ਜਾ ਰਹੀ ਹੈਗੀ ਅਤੇ ਆਪਣੇ ਇੰਨੇ ਸੋਹਣੇ ਹੀਰੇ ਜਿਹੜੇ ਹੈਗੇ ਨੌਜਵਾਨ ਦੇ ਪੰਜਾਬੀ ਜਿਹੜੇ ਸੂਬੇ ਆ ਆਪਣੇ ਜਿਹੜੇ ਹੈਗਾ ਪੰਜਾਬੀ ਸੂਬਾ ਇਹਨਾਂ ਦੇ ਵਿੱਚ ਜਿਹੜੇ ਆਪਣੇ ਕਿੰਨੇ ਸੋਹਣੇ ਸੋਹਣੇ ਨੌਜਵਾਨ ਹੈਗੇ ਆ ਜਿਹੜੇ ਹੀਰੇ ਹੈਗੇ ਉਹ ਗਵਾ ਰਹੇ ਹੈਗੇ ਅਸੀਂ ਅਤੇ ਨਸ਼ਿਆਂ ਦੀ ਹੋੜ ਨੂੰ ਬੰਦ ਕੀਤਾ ਜਾਵੇ ਅਤੇ ਨਸ਼ੇ ਤਿਆਗੋ ਅਤੇ ਸਿੱਧੇ ਰਾਹੇ ਪਾਓ ਅਤੇ ਜਾਂ ਤਾਂ ਜੋ ਆਪਣਾ ਪੰਜਾਬ ਜਿਹੜਾ ਹੈਗਾ ਕਿੰਨਾ ਸੋਹਣਾ ਪੰਜਾਬ ਹੈ ਬਹੁਤ ਹੀ ਜ਼ਿਆਦਾ ਪਿਆਰਾ ਪੰਜਾਬ ਹੈ ਇਹਦੀ ਕਦਰ ਕਰੀਏ ਆਪਾਂ ਕਿੰਨਾ ਸੋਹਣਾ ਵਹਿੰਦੇ ਦਰਿਆ ਨਜ਼ਰ ਆ ਰਹੇ ਸਾਨੂੰ ਕਿੰਨਾ ਕੁਛ
पूरा सानू कुदरत का नज़ारा सानू मिल रहा अपने पंजाब विचों ते पंजाब नू बचाइए आपां ते साडी वीडियो तुहानू किवें दी लगी हैगी आ प्रेस कर दियो ता जो आने वाली वीडियो तुहानू सब तो पहले मिल जाए। फिर मिलांगे एक नवे विलॉग दे नाल नवी जर्नी दे नाल।